थार की बाबा 77 मेरी सारे वीरां नूं हाथ जोड़ के बेनती है, कृपा करके समाज सेवक सभ्याचारक धार्मिक बिरती वाले लोग अते फेसबुक बड़े विद्वान अते बीबिया साड़ी वीडियो ना देखन, क्योंकि साड़ी वीडियो दे विच गाला निकल जांदे ने। असीं पूरी कोशिश करदे हां वी गाला ना कढ़ीए, साडे वीर फिर भी आपदे जज्बातां नूं काबू नहीं कर सकते, गाल निकल जांदी है। ये वीडियो साडी लुच्चे लंडे ते काले तेल वाले वीरां वास्ते है। ना ही साडा चैनल सबसक्राइब करो, ना ही वो घंटी दबाओ, क्योंकि यूट्यूब फेसबुक ते बहुत वधिया वधिया चीज़ां पईआं, तुसीं ओह जाके देखो, साडा गंद ना देखो। धन्नवाद। सुती जगह बाली बैठा ना 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 माड़ी करी सुनी माड़ी कानू सरपंच तेन 5000 वोट ते जिताया सी ने। यार ऐ गलां पता की गल माड़िया होंगे इस तरह यार, डंगर वांगू थोड़ी पिया करते ने, बंदे वांगू पी लैंदे यार। मैं तो जमा थोड़ी जी पीती सी, आ देख ला 5000 मेरे साल दे पी गई सारी। हां या करा हां ओ कंजरा इते फ्री दी हुई नहीं छड़ दे। ओ छड़न दी गल नहीं, मैं सोनू भाई ते प्रयाण वास्ते लई थी मैंने बोतल। अरे नशा ही बड़ा घंट सी ओ ता। ओ प्रीति सारी चीजें कहने मेनू भी नशा बथेरा करदी है, देखे मैं परदा के छड़दी वद है। हां करो फिर कहने बीड़ी बत्ती पे हो यार, कहने अज डाउन है। बीड़ियां विच ते असी आप लड़ी जाने आ, दो बीड़ियां सी। ਸਾਰਾ ਤੁਸੀਂ ਮੈਨੂੰ ਵੀ ਪਤਾ ਨਾ ਕਿਉਂ ਵੀ ਯਾਰ, ਫਿਰ ਕੋਈ ਹੀਲਾ ਕਰੋ ਯਾਰ, ਬਸ ਜਮ ਮੈਂ ਸਾਰਾ ਸਮਾਂ ਨਹੀਂ ਮੁੱਕਿਆ ਤਾਂ। ਹੀਲਾ ਜੀ ਕੀ ਕਰੀਏ, ਸਾਡੇ ਕੋਲ ਤਾਂ ਆਪਣੇ ਰੁਪਏ ਹੀਰਾ ਹਾਂ, ਹੀਲਾ ਨੰਗ ਦਾ ਆਪਾਂ ਨੂੰ ਦੇਖ ਲੈ ਕੌਣ ਕਹਿੰਦਾ। ਮੈਂ ਆਪ ਮਹਾਰਾਜਾ ਭੂਪਾ ਹੁੰਦਾ, ਕੰਜਰ ਦੇ ਉੱਤੇ ਸੂਏ ਜਿਹੜਾ ਦਾੜ ਦਾੜ ਲੱਗਿਆ ਪਿਆ ਸੀਗਾ। ਉਹ ਇਹੋ ਜਿਹੀਆਂ ਗੱਲਾਂ ਪਿੰਡ ਜਾ ਕੇ ਨਹੀਂ ਕਰਿਆ ਕਰਦੇ, ਬਾਈ ਠੀਕ ਰਹਿੰਦੀਆਂ। ਕੋਈ ਇਹਨੇ ਦੋ ਬੀੜੀ ਬੱਤੀ ਯਾਰ ਇਹਨਾਂ ਨੂੰ ਕਰਦੇ ਹਾਂ। चोरी करोगे तेन फुकना थोड़ी है लकड़ा। नहीं एक होर है फिर तुसी पुछ लो यार, लोहा लोहा लोहे दे गेट ने उते दो लत्तां नाल ही टुट जाणगे। दिमाग चो निकल गई गल, पता नहीं कि नमाज रुपया चलिए पता की गल, मेरी गल सुन, मेरी गल मेरी बंदिया बंदिया च बैठ के जद उठनी है, बैठ उठनी जाते हैं छोटे करके बैठ जाऊ मैं हटे नाल ही उठता बैठता हूं तू। और तेनू पिंड च बुलाउंदा कौन है ना, इज्जत पूरी है पिंड च। आपां पता की गल है, चोरी जावे कदे नहीं करी आपां ने, हुण हौली बोलियो तेरी केड़ी गल है। जाके मेरी गल सुन, तू साडे नाल नहीं है, हां बस अपना ही भाईचारा है। मेरे तो बाली दुख दी, मैं आप हूं खीवे तो मालस करा के आया यार।
ਚੱਲ ਵਧੀਆ ਤੂੰ ਤਾਂ ਕਰਾਇਆ ਮੈਂ ਤਾਂ ਕਾਲ 'ਚ ਹੀ ਰਹਿ ਗਿਆ ਯਾਰ ਮੈਂ ਚੱਲ ਸਵੇਰੇ ਜਾਊਂਗਾ ਤੇਰੇ ਵੀ ਕੱਲ੍ਹ ਨੂੰ ਦਿਖਾ ਦਾਂਗੇ ਉਹਨੂੰ ਤੂੰ ਹੀ ਹੋਰ ਦਿਖਾ ਦੀ ਯਾਰ ਮੇਰੇ ਤਾਂ ਆਪ ਬਾਲੀ ਦਰਦ ਕਰੀ ਜਾਂਦੀ ਹੈ ਉਹ ਵਧੀਆ ਵਧੀਆ ਕਿੱਧਰ ਰਹਿਣਾ ਅੱਜ ਕੱਲ ਉਹ ਮੈਂ ਤਾਂ ਯਾਰ ਪੇਪਰ ਜਾ ਦੇਣਾ ਉਹਦੀ ਤਿਆਰੀ ਕਰੀ ਜਾਂਦਾ ਮਾੜਾ ਮੋਟਾ ਗੇੜਾ ਗੂੜਾ ਤਾਂ ਮਾਰ ਲਿਆ ਕਰ ਉਹ ਕੋਈ ਨਾ ਪੇਪਰ ਜਾ ਦੇ ਕੇ ਫੇਰ ਮਾਰਿਆ ਕਰੂੰ ਗੇੜਾ ਉਹ ਤੂੰ ਕਿ ਮੈਂ ਔਖਾ ਜਾ ਹੋਈ ਜਾਂਦਾ ਔਖਾ ਤਾਂ ਪੁੱਛ ਨਾ ਯਾਰ ਅੱਜ ਤਾਂ ਬਹੁਤ ਮਾੜੀ ਹੋਈ ਸਾਡੇ ਨਾਲ ਉਹ ਕੀ ਹੋ ਗਿਆ ਉਹ ਆਪਣੇ ਵਾਲਾ ਮੱਗਰ ਨਹੀਂ ਹੈਗਾ ਹਾਂ ਉਹਨੇ ਭੈਣ ਦੇ ਯਾਰ ਨੇ ਪਿੱਠ ਕਟਵਾਤੀ ਯਾਰ ਅੱਜ ਕਿਵੇਂ ਓਏ ਉਹ ਨਹੀਂ ਹੈਗੀ ਪਿਰਤੇ ਦੀ ਸਾਲੀ ਜੀ ਉਹ ਨਾਲ ਭੂਰੇ ਵਾਲ ਵਾਲੀ ਹੁੰਦੀ ਆ ਹਾਂ ਹਾਂ ਹੁੰਦੇ ਆ ਉਹ ਉਧਰ ਨੂੰ ਖੇਤਾਂ ਕੰਨੀ ਨੂੰ ਜਾਂਦੀਆਂ ਸੀਗੀਆਂ ਉਹ ਫਿਰ ਮੱਗਰ ਨੇ ਕਿਵੇਂ ਪਿੱਠ ਕਟਾਦੀ ਜਾਂਦੀਆਂ ਉਹ ਸੀ ਯਾਰ ਉਹ ਅਸੀਂ ਮਾਂਗਰ ਲੱਗ ਗਏ ਅਸੀਂ ਆਖੇ ਸਾਡੀ ਗੱਲ ਹੀ ਕਰਵਾ ਦੇ ਯਾਰ ਭੂਰੇ ਵਾਲ ਵਾਲੀ ਨਾਲ ਫੇਰ ਕਰਵਾਤੀ ਗੱਲ ਓਏ ਨਾ ਨਾ ਗੱਲ ਕਿੱਥੋਂ ਕਰਵਾਈ ਹੈ ਸਾਡੀ ਤਾਂ ਉਹਨੇ ਪਿੱਠ ਕਟਵਾਤੀ ਯਾਰ ਪਿੱਠ ਕਿਵੇਂ ਕੁੱਟੀ ਗਈ ਐ ਤਾਂ ਦੱਸ ਦੇ ਕਹਿੰਦਾ ਮਾਂਗਰ ਦੀ ਜਾ ਕੇ ਜੱਫ ਮਾਰੋ ਫੇਰ ਓਏ ਫਿਰ ਅਸੀਂ ਤਾਂ ਸੱਚੀ ਹੀ ਜੱਫ ਮਾਰਿਆ ਕਰਤਾ ਕੰਮ ਫਿਰ ਉਹ ਕਿੱਥੇ ਕੰਮ ਸਾਡੇ ਤਾਂ ਸਿੱਤਰ ਪੈ ਗਏ ਯਾਰ ਉਹਨਾਂ ਤੋਂ ਹੋਰ ਯਾਰ ਅਸੀਂ ਤਾਂ ਤੱਤੇ ਵਾਲੇ ਚੱਲ ਗਏ ਯਾਰ ਬੈਠਿਆ ਵੀ ਨਹੀਂ ਜਾਂਦਾ ਯਾਰ ਉਹ ਕਿਹਨੇ ਕਿਹਨੇ ਕੁੱਟਿਆ ਤੁਹਾਨੂੰ ਉਹ ਦੋਨਾਂ ਨੇ ਕੁੱਟਿਆ ਓਏ ਉਹ ਕੁੜੀਆਂ ਜੀ ਨੇ ਤਾਂ ਘੱਟ ਲਾਈਆਂ ਨੇ ਮੱਗਰ ਨੇ ਤਾਂ ਬਾਈ ਇੰਨੀਆਂ ਲਾਈਆਂ ਇੰਨੀਆਂ ਉਹ ਤਾਂ ਜੁੱਤਿਆਂ ਜੇ ਨਾਲ ਮੇਰਾ ਹੱਡ ਚਾੜਦਾ ਸੱਚ ਉੱਪਰ ਉੱਥੇ ਮੱਗਰ ਆ ਗਿਆ ਸੜਾਉਣ ਸੜਾਉਣਾ ਤਾਂ ਸਾਨੂੰ ਕੀ ਸੀ ਨਾਲ ਸਾਨੂੰ ਵੀ ਕੁੱਟਣ ਲੱਗ ਗਿਆ ਜੁੱਤਿਆਂ ਨਾਲ ਤੈਨੂੰ ਪਤਾ ਤਾਂ ਹੈਗਾ ਵੀ ਉਹ ਭੈਂਦਾ ਯਾਰ ਤੀਵਿਆਂ ਦਾ ਹੋ ਕੇ ਖੜ ਜਾਂਦਾ ਹੁੰਦਾ ਤੈਨੂੰ 50 ਵਾਰੀ ਪਹਿਲਾਂ ਕਿਹਾ ਵੀ ਉਹਨੇ 50 ਜਣਿਆਂ ਦੀ ਪਿੱਠ ਕਟਾਤੀ ਇਦੋਂ ਪਹਿਲਾਂ ਬਾਈ ਤੁਸੀਂ ਧਿਆਨ ਦੇ ਲਿਆ ਕਰੋ ਓ ਇਸ ਤਾਂ ਉਹਦੀ ਚੱਕ ਚਾ ਕੇ ਯਾਰ ਉੱਥੇ ਜੱਫ ਗੱਡ ਤਾਂ ਆਸੇ ਪਾਸੇ ਕੋਈ ਨਹੀਂ ਹੈਗਾ ਸੀਗਾ ਤਾਂ ਸਾਨੂੰ ਪੰਪੀ ਵਾਲੇ ਦਿੱਤੇ ਕਹਿੰਦਾ ਠੰਡੀ ਠੰਡੀ ਹਵਾ ਚੱਲੀ ਜਾਂਦੀ ਹੈ ਕਹਿੰਦਾ ਜਾ ਕੇ ਮਾਂਗਰ ਦੀ ਜੱਫ ਗੱਡ ਦੋ ਇੱਕ ਗੱਲ ਤਾਂ ਹੈਗੀ ਅਰਸੀ ਕੇਰਾ ਤਾਂ ਸਵਾਦ ਆ ਗਿਆ ਜਦੋਂ ਜੱਫੀ ਜੀ ਪਾਈ ਹਾਂ ਪਰ ਬਾਅਦ ਚ ਔਖਾ ਹੀ ਹੋਇਆ ਤੂੰ ਸਵਾਦ ਸਬੂਤ ਛੱਡਣ ਵਾਲੇ ਆਪਦਾ ਜੇ ਭੈਂਦਾ ਯਾਰ ਉਹ ਥਾਣੇ 'ਚ ਵਗ ਜਾਂਦੀਆਂ 32 ਸਾਲੀ ਸਜ਼ਾ ਕਰਾਉਂਦੀਆਂ ਤੁਹਾਨੂੰ ਉਹ ਵੀ ਧੱਕਾ ਕਰਦਾ ਸਾਡੇ ਨਾਲ ਸਾਨੂੰ ਕੀ ਪਤਾ ਉਦੋਂ ਤਾਂ ਆਸ ਕਰਨਾ ਹੁੰਦਾ ਗਾ ਇਸ ਤੋਂ ਉਬਲੇ ਬੈਠੇ ਸੀਗੇ ਉਬਲੇ ਬੈਠੇ ਜੀ ਹੋਰ ਕੁਛ ਅਰਸੀ ਬਾਲੀ ਟੂ ਹੀ ਦੁਖੀ ਜਾਂਦੀ ਯਾਰ ਇੱਧਰ ਆ ਡਾਕਟਰ ਤੋਂ ਸੈੱਟ ਕਰਾ ਲਓ ਫੀਵੇ ਵਾਲੇ ਤੋਂ ਕੇਰਾ ਤਾਂ ਦਿਖਾ ਦਿੱਤੀ ਯਾਰ ਮੈਂ ਤਾਂ ਇੱਕ ਵਾਰੀ ਵੀ ਨਹੀਂ ਗਿਆ ਮੈਂ ਤਾਂ ਬਹੁਤ ਔਖਾ ਮੇਰਾ ਤਾਂ ਹੱਡ ਜਿਹਾ ਚੜਿਆ ਪਿਆ ਤਾਂ ਹਾਂ ਤੂੰ ਤਾਂ ਫਿਰ ਬਗੇਰੇ ਲਵੇ ਜਾ ਬਾਈ ਹੋਰ ਯਾਰ ਮੈਂ ਤਾਂ ਸਵੇਰੇ ਦੇਖ ਮੱਗਰ ਵੀ ਪੂਰਾ ਹਰਾਮੀ ਨਿਕਲਿਆ ਲੱਗਦਾ ਜਾਣ ਕੇ ਤਾਂ ਨਹੀਂ ਪਵਾਏ ਯਾਰ ਉਹਨੇ ਸਿੱਤਰ ਉਹ ਤੁਹਾਨੂੰ 50 ਵਾਰੀ ਦਾ ਦੱਸਿਆ ਵੀ ਉਹ ਤੀਵਿਆਂ ਦਾ ਹੋ ਕੇ ਖੜ ਜਾਂਦਾ ਹੈ ਹੋਰ ਤਾਂ ਪੇਪਰ ਪੂਪਰ ਕਦੋਂ ਦੇਣਾਗਾ ਪੇਪਰ ਮੈਂ ਬੱਚ ਦੇ ਦੂੰਗਾ 9ਵੇਂ ਮਹੀਨੇ 'ਚ ਚੰਗਾ ਮੈਂ ਤਾਂ ਜਾਂਦਾ ਯਾਰ ਆ ਜਾ ਬਹਿ ਜਾ 2 ਮਿੰਟ ਯਾਰ ਪੜਦਾ ਮੈਂ ਘਰੇ ਜਾ ਕੇ ਤਿਆਰੀ ਕਰਦਾ ਬੁੜੇ ਦਾ ਤੈਨੂੰ ਪਤਾ ਹੀ ਆ ਫਿਰ ਚੱਲ ਚੰਗਾ ਚੱਲ ਚੰਗਾ ਜਾ ਯਾਰ ਤੂੰ ਆਪਾਂ ਵੀ ਚੱਲੀਏ ਓਏ ਚੱਲ ਸਾਡੇ ਨਾਲ ਆਪਾਂ ਵੀ ਚੱਲਦੇ ਯਾਰ ਬਹੁਤ ਔਖਾ ਤੜਕੇ ਮੇਰੇ ਨਾਲ ਚੱਲੇਗਾ ਫਿਰ ਹਾਂ ਹਾਂ ਹੋਰ ਯਾਰ ਮੈਂ ਤਾਂ ਔਖਾ ਹੀ ਬਹੁਤ ਆ ਬਈ ਓਏ ਕਿਸਨਾ ਯਾਰ ਸ਼ਰਾਮ ਹੀ ਆਈ ਜਾਂਦੇ ਯਾਰ ਤੇਰੇ ਕਿ ਨਹੀਂ ਦਰਦਾਂ ਕਿਉਂ ਕਹਿੰਦੇ ਤੇ ਆਪਣੀ ਪਿੰਡ ਆਇਆ ਓਏ ਆਪਣਾ ਪਿੰਡ ਦਾ ਹੈਗਾ ਗੱਲ ਦਾ ਚੋਰੀ ਦੀ ਹੈ ਚਾਪੜੇ ਦਾ ਨੇ ਪਿੰਡ ਜੀ ਪੈਣਗੇ ਸਦਾ ਮੇਰੀ ਗੱਲ ਸੁਣ ਜਾ ਕੇ ਨਾ ਅੱਜ ਤਾਂ ਤੂੰ ਵੱਡੇ ਵੱਡੇ ਕੰਮ ਕਰਤੇ ਇਹ ਤਾਂ ਕੀ ਚੀਜ਼ ਹੈ ਉਹ ਬੰਦੇ ਵੱਡੇ ਬੰਦੇ ਨਾਲ ਲੱਗਿਆ ਮੈਂ ਵੱਡੇ ਭਾਈ ਮੈਨੂੰ ਪਤਾ ਨਹੀਂ ਸੀ ਡਰਨਾ ਡਰਨਾ ਓਏ ਮੇਰੇ 1000 ਰੁਪਇਆ ਵੱਧ ਰੱਖੂ ਮੈਂ ਮੇਰੀ ਗੱਲ ਸੁਣ ਖਜ਼ਾਨਾ ਪੰਚਾਇਤ ਚ ਆਊਗਾ ਸਾਰੇ ਹਿੱਸੇ ਪਾਵਾਂਗੇ ਚੰਗਾ ਥੋੜਾ ਜਿਹਾ ਵੱਧ ਦੇ ਦਿਓ ਕੋਈ ਨਾ ਯਾਰ ਫਿਰ ਕੋਈ ਨਾ ਕਰ ਲਾਂਗੇ ਮੈਂ ਤਾਂ ਆਪਦਾ ਸਮਾਨ ਵੀ ਆਪਦਾ ਲੱਗ ਲਿਆਉਂਗਾ ਯਾਰ ਨਸ਼ੇ ਪੱਤੇ ਚ ਕਦੇ ਵੀ ਕਿਸੇ ਨੂੰ ਪਰਖ ਹੋਣਾ ਤਾਂ ਯਾਰ ਚੌੜ ਕਰਦੇ ਸੀ ਜਾਗਰ ਕੋਈ ਨਾ ਅੱਜ ਆਪਾਂ ਪਹਿਲੀ ਵਾਰੀ ਕੰਮ ਕਰਨੇ ਚੱਲੇ ਆ ਕੋਈ ਬਸ ਯਾਰ ਬੇਇੱਜ਼ਤੀ ਨਾ ਕਰਾ ਡਰ ਮੈਨੂੰ ਚੱਲ ਚੱਲ ਕੁੱਤੇ ਵੀ ਰੌਲਣ ਲਾ ਦੇ ਸਰਕਾਰੀ ਗੇਟ ਨੇ ਹੋਵੇ ਲੈ ਭਾਂਦਾ ਕਸਮ ਜਿਵੇਂ ਮੋਰਵਾ ਨੂੰ ਫਿਰਦਾ ਓਏ ਸਿਆਣੀ ਆ ਜੇ ਆਪਾਂ ਲੋਕਾਂ ਦੇ ਵਾਰ ਪੱਟਾਂਗੇ ਪਤਾ ਲੱਗ ਜੂ
ਸਰਕਾਰੀ ਗੇਟ ਹੈ, ਕੋਈ ਆਉਣਾ ਨੀ ਉੱਤੇ ਆਉਂਦਾ ਨੀ ਬਸ ਆ ਜਾ ਮੇਰਾ ਮਾ ਕੰਮ ਕਰਗਾ ਖਰਾ ਖਰਾ ਨਾਲੇ ਪੰਜਾਬ ਚ ਕੋਈ ਹੋਵੇ ਸਰਕਾਰੀ ਥਾਂਵਾਂ ਤੇ ਨਹੀਂ ਕਰਾ ਨਾਲੇ ਉੱਤੇ ਕੋਈ ਆਉਂਦਾ ਨਹੀਂ ਹੈਗਾ ਇਹ ਗੱਲ ਲੱਗ ਕੇ ਮੇਰੀ ਗੱਲ ਜਾਣੀ ਕੀਤੀ ਹੈ ਨੇ ਦੇ ਦੂੰ ਮੈਂ 10 ਰੁਪਏ ਅੱਲਾ ਕਰ ਬਾਪੂ ਜੀ ਦੁੱਧ ਪੀ ਲਓ ਕੋਈ ਗੱਲ ਨਹੀਂ ਧਰਤੀ ਪਾਈ ਪੀ ਲੈਣੇ ਆ ਦੁੱਧ ਫੇਰੀ ਪੀਊਆ ਜੇ ਫੋਨ ਚੋਂ ਨਿਕਲੂਆ ਇਹ ਓਏ ਫੋਨ ਤੇ 100 ਖਬਰਾਂ ਚੱਲਦੀਆਂ ਨੇ ਤੈਨੂੰ ਠੈਂਗੜਾ ਦਾ ਪਤਾ ਹੈ ਬਾਪੂ ਜੀ ਬਿਸਤਰੇ ਵੀ ਨਹੀਂ ਵਸਾਏ ਹਜੇ ਤੱਕ ਉਹ ਬਿਸਤਰੇ ਕਿੱਥੇ ਵਸਾਉਂਦੀ ਐ ਇਹ ਭੈਣ ਕਿਹੜਾ ਵੀ ਆ ਕੇ ਬਈ ਲੜਨ ਨੂੰ ਆਡਾ ਲਾਈ ਰੱਖਦੀ ਐ ਟਾਈਮ ਹੋਇਆ ਪਹਿਲਾਂ ਬਿਸਤਰਿਆਂ ਦਾ ਹਜੇ ਟਾਈਮ ਹੋਇਆ ਪਿਆ ਇਹਦਾ ਵੀ ਟਾਈਮ ਹੁੰਦਾ ਬਿਸਤਰਿਆਂ ਦਾ ਬੇਬੀ ਮੇਰੀ ਗੱਲ ਸੁਣਾ ਤੇ ਮੇਰੇ ਨਾਲ ਕਜ਼ਨ ਨੇ ਆਉਣਾ ਮੇਰੀ ਫਰੈਂਡ ਨੇ ਜਲੰਧਰ ਤੋਂ ਕਹਿੰਦੀ ਮੈਂ ਪਿੰਡ ਦਾ ਮਾਹੌਲ ਦੇਖਣਾਗਾ ਉਹਨੂੰ ਕਹਦੇ ਸਾਡੇ ਪਿੰਡ ਦਾ ਮਾਹੌਲ ਠੀਕ ਠਾਕ ਨਹੀਂ ਹੈਗਾ ਇੱਥੇ ਨਾ ਵੀ ਫੇਰ ਕੀ ਹੁੰਦਾ ਆ ਜਾਣ ਦੋ ਆਪਣਾ ਪਹਿਲੇ ਘਰ ਬੜਾ ਭੀੜਾ ਹੈਗਾ ਇੱਥੇ ਕੀ ਕਰੂਗੇ ਉਹ ਕਿੱਥੇ ਪਿਆ ਕਰੂ ਚਾਰ ਤਾਂ ਕਮਰੇ ਆਪਣੇ ਤੁਹਾਡੇ ਕੋਲੇ ਪੈ ਜਾ ਕਰੂ ਇੱਧਰ ਤੈਨੂੰ ਨੀ ਪਤਾ ਹੈਗਾ ਤੇਰਾ ਬਾਪੂ ਗੱਲ ਪੈ ਜੂਗਾ ਮੈਂ ਬਾਪੂ ਨੂੰ ਪੁੱਛਦੀ ਆ ਬਾਪੂ ਜੀ ਹਾਂ ਭਾਈ ਮੈਂ ਨਾ ਕਹਿੰਦੀ ਸੀ ਮੇਰੀ ਫਰੈਂਡ ਨੇ ਆਉਣਾ ਗਾ ਜਲੰਧਰ ਤੋਂ ਅੱਛਾ ਅੱਛਾ ਕਹਿੰਦੀ ਮੈਂ ਪਿੰਡ ਦਾ ਮਾਹੌਲ ਦੇਖਣਾ ਬੇਬੀ ਕਹਿੰਦੀ ਬੁਲਾਉਣਾ ਨੀ ਗਾ ਹਾਂ ਹਾਂ ਤੇ ਬੁਲਾ ਲਾ ਮੈਂ ਬੁਲਾਲਾ ਭਾਈ ਇਹ ਫੇਰ ਕੀ ਹੁੰਦਾ ਆ ਜਾਣ ਤੇ ਤੈਨੂੰ ਕੀ ਹੁੰਦਾ ਆਪਣਾ ਘਰ ਭੀੜਾ ਗਾ ਇੱਥੇ ਕਿੱਥੇ ਲੋਟ ਆਊਗੀ ਉਹ ਭੈਣ ਚੋਦੀ ਚਾਰ ਤਾਂ ਕਮਰੇ ਪੈਣੇ ਐਡੀ ਸੁਭਾਅ ਵਿੱਚ ਜਿੱਥੇ ਮਰਜ਼ੀ ਪੈ ਜੇ ਮਰਜ਼ੀ ਪੈ ਜੇ ਰਿਸ਼ਤੇਦਾਰ ਨਹੀਂ ਲੋਟ ਆਉਂਦੇ ਹੁੰਦੇ ਬੜੇ ਦਿਨ ਰਿਸ਼ਤੇਦਾਰ ਨੂੰ ਹਾਥੀ ਆ ਉਹ ਕੁੜੀ ਆ ਕਾ ਜਾਣ ਦੇ ਪੁੱਤ ਹਾਂ ਮੈਂ ਕੱਲ ਫੋਨ ਕਰੂੰਗੀ ਉਹਨਾਂ ਨੂੰ ਕਿੱਥੋਂ ਆ ਪੁੱਤ ਜਲੰਧਰ ਤੋਂ ਆਂਗੀ ਅੱਛਾ ਅੱਛਾ ਕਹੀ ਜੀ ਇਹ ਸੋਹਣੀਆਂ ਉਹ ਮੈਂ ਉਹ ਪੁੱਛਦਾ ਵੀ ਸੁਭਾਅ ਵਧੀਆ ਹੈ ਸੁਭਾਅ ਨਾਲ ਪੂਰੀ ਸੁਭਾਅ ਦੀ ਵਧੀਆ ਕੀ ਬਾਪੂ ਜੀ ਅੱਛਾ ਅੱਛਾ ਰੰਗ ਕਿਹੋ ਜਿਹਾ ਭਈ ਉਹਦਾ ਰੰਗ ਤਾਂ ਠੀਕ ਠਾਕ ਜੀ ਕੋਈ ਗੱਲ ਨਹੀਂ ਭਈ ਬੁਲਾਣਾ ਨਏ ਨਕਸ਼ੇ ਤਾਂ ਵਧੀਆ ਹੋਣਗੇ ਪੂਰੀ ਸੋਹਣੀ ਹੈ ਬਾਪੂ ਜੀ ਸਮਾਰਟ ਉਹ ਮੈਂ ਤਾਂ ਉਹ ਕਹਿਣਾ ਵੀ ਘਰੇ ਆਈ ਰਿਸ਼ਤੇਦਾਰ ਵਧੀਆ ਲੱਗਣ ਕੋਈ ਨਾ ਬੁਲਾਣਾ ਭਤੀ ਬੁਲਾਣਾ ਰਿਸ਼ਤੇਦਾਰ ਬਥੇਰੇ ਸਾਹਮਣੇ ਔਖੇ ਆ ਓਏ ਓਏ ਆ ਬਣਾਓ ਕਿ ਦੇਖ ਖੋ ਆ ਬਣਾਓ ਮੈਥੋਂ ਨਹੀਂ ਬਣਾਏ ਬਣੂ ਜਾਂਦਾ ਹੋਣਾ ਰੋਟੀਆਂ ਤਾਂ ਮੈਂ ਪਕਾਉਣੀ ਬੇਬੀ ਤੂੰ ਤਾਂ ਕੁਝ ਕਰਨਾ ਵੀ ਨਹੀਂਗਾ ਵਿਹਲੀ ਰਹਿਣੀ ਆ ਸਰਦਾਂ ਫੇਰ ਵੀ ਤੂੰ ਲੜਦੀ ਰਹਿਣੀ ਆ ਤੈਨੂੰ ਪਕਾਉਣੀ ਨਹੀਂ ਚੱਜ ਨਾਲ ਆਉਂਦੀ ਸਿਰ ਐਡੀਆਂ ਰੋਟੀਆਂ ਬਣਾਉਂਦੀ ਮੇਰਾ ਤਾਂ ਦੇਖ ਲੈ ਬਾਪੂ ਲੜੀ ਕਿਉਂ ਜਾਂਦੇ ਤੂੰ ਰੇਕ ਨਾਲ ਲੜੀ ਨਾ ਗੱਲ ਕੀ ਹੋਈ ਆ ਪੀ ਐ ਇਹਨਾਂ ਦੀ ਲੜਾਈ ਨਹੀਂ ਲੋਟਾਉਂਦੀ ਬਾਪੂ ਯਾਰ ਗੱਲ ਕੀ ਹੋ ਗਈ ਪਤਾ ਨਹੀਂ ਇਹ ਉਹੀ ਲੜੀ ਜਾਂਦੀਆਂ ਸਿੰਗੜਾਈ ਜਾਂਦੀਆਂ ਤੜਕੇ ਦੀਆਂ ਸਿੱਧੇ ਮੂੰਹ ਨਹੀਂ ਬੋਲਦੀ ਮੈਨੂੰ ਜਿੱਦੇ ਦੀ ਆਈ ਆ ਹੈ ਭਾਈ ਫਿਰ ਮੈਂ ਇਹਨਾਂ ਨੂੰ ਆਈ ਆਖ ਮਗਰ ਰੋਟੀ ਤਾਂ ਮੈਂ ਹੀ ਪਕਾਉਣੀ ਹੈਗੀ ਉਹੀ ਲੜੀ ਜਾਂਦੀ ਹੈਗੀ ਫਿਰ ਲੋਕ ਗਮਾਨਣਾ ਕਹਿੰਦੇ ਸਸਕ ਪੱਤੀ ਸਸਕ ਪੱਤੀ ਓਏ ਮਸਾ ਤੀਜੀ ਬਹੂ ਖੜੀਆਂ ਨੂੰ ਖੜਾ ਲੈ ਭੈਣ ਚੋਦੀਆਂ ਦੋ ਭੱਜ ਗਿਆ ਹੁਣ ਤੂੰ ਲੜ ਕੇ ਭਜਾਏਂਗੀ ਇਹਨੂੰ ਉਹਨਾਂ ਦਾ ਪਤਾ ਕਿੰਨਾ ਸੁਭਾਅ ਚੰਗਾ ਸੀ ਬੇਬੇ ਬੇਬੇ ਪੈਰ ਘੁੱਟਦੀਆਂ ਸੀ ਸਾਰਾ ਦਿਨ ਗਲ ਘੁੱਟਣ ਨੂੰ ਆਉਂਦੀ ਆ ਓਏ ਕੋਈ ਨਾ ਪੁੱਤ ਬੁਲਾਲਾ ਜਲੰਧਰ ਵਾਲੀ ਕੁੜੀ ਕੱਲ ਨੂੰ ਹੀ ਬੁਲਾਲਾ ਹਾਂ ਮੈਂ ਬੁਲਾਉਂਗੀ ਬਾਪੂ ਹੁਣ ਫੋਨ ਕਰਕੇ ਕਹਦੇ ਆ ਜਾ ਕੋਈ ਗੱਲ ਨਹੀਂ ਹਾਂ ਕੋਈ ਨਾ ਮੇਰੇ ਘਰੇ ਨਾ ਬਾੜੀ ਇੱਥੇ ਘਰੇ ਤੇਰਾ ਘਰ ਹੈ ਭੈਣ ਚੋਦੀ ਮੇਰਾ ਘਰ ਹੈ ਜਦੋਂ ਬਾਪੂ ਨੇ ਕਹਿਤਾ ਬੁਲਾਲਾ ਮੈਂ ਬੁਲਾਉਂਗੀ ਬਾਪੂ ਤਾਂ ਕੱਲ ਨੂੰ ਕੁਝ ਹੋਰ ਵੀ ਆਖੂਗਾ ਇੱਥੇ ਮੰਜਾ ਡਾਲਿਆ ਕਰੂ ਨਾਲ ਉਹ ਪੈ ਜਾ ਕਰੂ ਹਾਂ ਬਾਪੂ ਜੀ ਇੱਥੇ ਪੈ ਜਾ ਕਰੂਗੀ ਤੂੰ ਵੀ ਬੜਾ ਬੋਲਣ ਲੱਗੀ ਬੇਬੇ ਨਹੀਂ ਮਰੀ ਜਾਂਦੀ ਹੈ ਤੂੰ ਤੀਵੀਂ ਥੱਲੇ ਲੱਗ ਜਾ ਮੈਂ ਤੀਵੀਂ ਥੱਲੇ ਕੀ ਲੱਗ ਗਿਆ ਗੱਲ ਕੀ ਹੋਈ ਹੈ ਗੱਲ ਕੀ ਹੈ ਬਾਪੂ ਜੀ ਮੈਂ ਦੱਸਦੀ ਹਾਂ ਸਾਨੂੰ ਹਾਂ ਬੇਬੇ ਕਹਿੰਦੀ ਮੈਂ ਉੱਡਣ ਕਟੋਲਾ ਦੇਖਣਾਗਾ ਨਾ 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 ਦੇਖੀ ਤੀ ਇਹਨੂੰ ਉੱਡਣ ਕਟੋਲਾ ਦਿਖਾ ਦੇ ਕਿਤੇ ਕਿਉਂ ਮੈਂ ਕਿਉਂ ਨਹੀਂ ਦੇਖ ਸਕਦੀ ਉਹ ਤੇਰੀ ਨਿਸ਼ਾਨੀ ਅੱਡ ਹੈ ਇਹਦੀ ਨਿਸ਼ਾਨੀ ਅੱਡ ਹੈ ਤੇ ਮੈਂ ਉਹ ਸਾਰਿਆਂ ਨੂੰ ਦਿਖਾਉਣੀ ਆ ਉਹ ਤੇਰਾ ਕੀ ਆ ਤੂੰ ਤਾਂ ਤੇ ਸਾਰਾ ਕੁਝ ਦਿਖਾਈਆ ਤੇਰਾ ਕੌਣ ਦੇਖਦਾ ਹੈ ਮੂੰਹ ਬੈਠੀ ਸ਼ਰਮ ਕਰ ਲੈ ਕਰ ਮੈਂ ਖੁੰਡੀ ਖਾਂਡੀ ਕਹਿਣਾ ਹੈ ਪਤਾ ਤੈਨੂੰ ਕਿੰਨਾ ਲੜੀ ਮੇਰੇ ਨਾਲ ਇਹ ਉਹ ਉੱਡਣ ਕਟੋਲਣ ਪਿੱਛੇ ਉੱਡਣ ਕਟੋਲੇ ਪਿੱਛੇ ਲੜੀ ਜਾਂਦੀ ਹੈ ਮੈਨੂੰ ਕਿਉਂ ਨਹੀਂ ਦਿਖਾਇਆ ਇਹਨੂੰ ਘੋਕੇ ਫੜਾਤਾ ਤੂੰ ਓਏ ਇਹਦੀ ਚੀਜ਼ ਅੱਡ ਨਿਸ਼ਾਨੀ ਹੈ ਤੈਨੂੰ ਨਹੀਂ ਦਿਖਾਉਂਦੀ ਇਹ ਮੈਨੂੰ ਤਾਂ ਨਾ ਕਿ ਸਾਰਿਆਂ ਦੇ ਸਾਹਮਣੇ ਫੜਾਤਾ ਸਾਰਿਆਂ ਦੇ ਸਾਹਮਣੇ ਫੜਾਤਾ 100 ਪਰਦੀ ਦੀਆਂ ਚੀਜ਼ਾਂ ਹੁੰਦੀਆਂ ਨੇ ਜਦੋਂ ਤੇਰਾ ਗਿਫਟ ਅੱਡ ਸੀਗਾ ਬੇਬੇ ਤੂੰ ਵੀ ਲੜੀ ਜਾਨੀ ਰਹਿਣੀ ਹੈ ਤੇਰਾ ਮੈਨੂੰ ਪਤਾ ਲੱਗਾ ਤੂੰ ਤਾਂ ਥੱਲੇ ਲੱਗ ਜਾ ਤੇ ਸਮਾਰ ਮੈਂ ਕੀ ਥੱਲੇ ਲੱਗ ਗਿਆ ਤੂੰ ਤਾਂ ਉੱਥੇ ਹੀ ਰਹਿੰਦਾ ਨਹੀਂ ਤਾਂ ਰਹਿੰਦਾ ਕਰਦੀ ਆ ਫਿਰ ਸੱਦਿਆ ਕਿਉਂ ਸੀ ਮੈਨੂੰ ਇੱਥੇ ਜਗਤਾਰ ਨਾ ਜਾਂਦਾ ਤੈਨੂੰ ਕਿਉਂ ਪਛ ਪਾਉਂਦੇ ਸੀ ਆਪਦੇ ਕੋਈ ਮਾੜੀ ਜੀ ਗੱਲ ਹੋ ਜਾਂਦੀ ਹੈ ਨਾਲ ਦੀ ਨਾਲ ਰੋਣ ਲੱਗ ਜਾਂਦੇ ਹੱਥ ਨੂੰ ਮੁੱਕੇ ਭੈਣ ਪਾਉਣ ਲੱਗ ਜਾਂਦੀ ਹੈ ਜਗਤਾਰ ਭੈਣ ਚੋਦ ਪਹਾੜਾਂ 'ਚ ਭੈਣ ਘਟਾਉਂਦਾ ਫਿਰਦਾ ਉਹ ਕਿਤੇ ਤੀਵੀ ਨਾਲ ਜਦੋਂ ਰੁਪਈਏ ਮੁੱਕ ਕੇ ਇੱਥੇ ਭੱਜ ਕੇ ਉਹ ਜੇ 4 ਲੱਖ ਉਹਦਾ ਚੱਲੀ ਜਾਂਦਾ ਭੈਣ ਚੋਦ ਦਾ ਮੈਨੂੰ ਪਤਾ ਤੇਰੇ ਤੇ ਗਿਆ ਮੇਰੇ ਤੇ ਗਿਆ 4 ਮਹੀਨਿਆਂ ਨੂੰ ਮੁੱਕ ਜਾਣਾ ਇੱਥੇ ਹੀ ਬੁੰਡ ਭਰਾਉ ਛੰਗ ਸ਼ਰਮ ਕਰ ਲਿਆ ਕਰ ਚੌਰਿਆ ਕੋਲੇ ਮੁੰਡਾ ਬੈਠਾ ਕੋਲੇ ਨੂੰ ਬੈਠੀ ਆ ਓਏ ਛੰਗ ਸ਼ਰਮ ਨੂੰ ਦੱਸ ਸੱਚੀ ਗੱਲ ਕਹੀ ਐ ਮੈਂ ਸੱਚੀ ਗੱਲ ਕਹੀ ਐ ਓਏ ਪੁੱਤੇ ਤਾਂ ਉਹੀ ਪਕਾਈ ਮਾਰੀ ਆ ਉਹ ਤੂੰ ਕੁੜੀ ਨੂੰ ਬੁਲਾ ਲੈ ਕਿੱਦੇ ਆਊ ਉਹ ਮੈਂ ਬਾਪੂ ਕੱਲ ਨੂੰ ਫੋਨ ਕਰੂੰਗੀ ਉਹਨੂੰ ਹਾਂ ਕਰ ਲੈ ਬੁਲਾ ਲੈ ਤੂੰ ਅੰਦਰ ਜਾ ਕੇ ਪੈ ਜਾ ਤਾਂ ਅਸੀਂ ਕੁੱਤੇ ਪਕਾਈ ਮਾਰੀ ਜਾਊਗੀ ਇਹਦੀ ਮਾਸੀ ਵਰਗੀ ਹੂ ਕਾਲੋ ਜੀ ਓਏ ਚੰਗਾ ਚੰਗਾ ਤੂੰ ਬੜੀ ਸੋਹਣੀ ਆ ਭੈਣ ਗੜਾਵੀ ਦੀ ਮੈਂ ਸੀ ਤੇਰੇ ਨਾਲ ਤਾਂ ਸੋਹਣੀ ਆ ਮੇਰੀ ਮੂੰਹ ਸਾਹਮਣੇ ਬੇਇੱਜ਼ਤੀ ਕਰੀ ਜਾਂਦਾ ਚੋਰੇ ਮੂੰਹ ਸਾਹਮਣੇ ਤੂੰ ਕੰਮ ਹੀ ਬੇਇੱਜ਼ਤੀ ਕਰਾਉਣਾ ਜਾਓ ਜਾਓ ਪੈ ਜਾ ਪੁੱਤ ਅੰਦਰ ਜਾ ਕੇ ਪੈ ਜਾ ਪੈ ਜਾ ਪੁੱਤ ਪਈਏ ਹਾਂ
ਬਾਪਾ ਜੀ ਦੁੱਧ ਪੀ ਲਿਓ। ਕੋਈ ਗੱਲ ਨਹੀਂ ਪੁੱਤ, ਪੀ ਲਾਂਗੇ ਪੀ ਲਾਂਗੇ। ਐਵੀਂ ਭੈਣ ਕੜਾਵੇ ਦੀ, ਜਦੋਂ ਮੈਂ ਬਹਿ ਕੇ ਆਈ ਸੀ ਉਦੋਂ ਤਾਂ ਕਹਿੰਦਾ ਕਿੰਨੀ ਸੋਹਣੀ ਆ ਤੂੰ, ਕਿੰਨੀ ਸੋਹਣੀ ਆ, ਅੱਜ ਮੇਰੀ ਬੇਇੱਜ਼ਤੀ ਕਰ। ਓਏ ਉਦੋਂ ਸੋਹਣੀ ਸੀ ਭੈਣ ਕੜਾਵੇ ਦੀ, ਨਾ ਤਾਂ ਕੋਈ ਜਿੰਮ ਜਿੰਮ ਲਾਉਣੀ ਹੈ ਤੂੰ, ਨਾ ਕੋਈ ਫਲ ਫਰੂਟ ਕਰਨੀ ਆ, ਭੈਣ ਚੋ ਦੀ ਸਾਂਝ ਜਾ ਬਣੀ ਜਾਂਦੀ ਹੈ। ਉਹਨਾਂ ਵੀ ਜਿੰਮ ਲਾਉਂਦੀਆਂ ਹੁੰਦੀਆਂ ਕਿਤੇ? ਹਾਂ, ਕੌਣ ਲਾਉਂਦੀ ਆ ਆਪਣੇ ਪਿੰਡ? ਵਾਧੂ ਲਾਉਂਦੀਆਂ ਨੇ, ਵਾਧੂ ਲਾਉਂਦੀਆਂ ਨੇ ਭੈਣ ਚੋ ਦੀ। ਚੱਲ ਬਿਸਤਰਾ ਮੇਰਾ ਨਾ ਵਸਾਈ ਹਜੇ, ਮੈਂ ਨਹੀਂ ਵਸਾਉਂਦੀ ਤੇਰਾ। ਹਾਂ, ਮੈਂ ਕੀੜਾ ਲਾ ਕੇ ਆਉਣਾ ਮਾੜਾ ਜਿਹਾ। ਕਿੱਧਰ ਜਾਣਾ? ਓਏ ਭੈਣ ਕੜਾਵੇ ਦੀ, ਉਹ ਆਪਣਾ ਪਹਿਰਾ ਲੱਗਦਾ ਆਪਣੇ ਪਿੰਡ 'ਚ ਵੀ। ਤੇ ਫਿਰ ਤੂੰ ਚੌਕੀਦਾਰ ਆ? ਓਏ ਭੈਣ ਚੋ ਦੀ, ਮੈਂ ਦੇਖ ਕੇ ਆਉਣਾ ਆਪਣੀ ਡਿਊਟੀ, ਮੈਂ ਮਾੜਾ ਗੇੜਾ ਲਾ ਕੇ ਆ ਜਾਊਂਗਾ। ਤੂੰ ਮੈਂਬਰ ਆ ਜਾਂ ਸਰਪੰਚ ਆ ਕੋਈ? ਮੈਂਬਰ ਸਰਪੰਚ ਮੇਰੀ ਕੀ ਰੀਸ ਕਰਨਗੇ ਭੈਣ ਕੜਾਵੇ ਦੀ, ਮੈਨੂੰ ਸਾਰੇ ਪਿੰਡ ਦੀਆਂ ਤੀਵੀਆਂ ਸਲੂਟ ਮਾਰਦੀਆਂ ਨੇ। ਕੀ? ਉਹ ਸਾਰੇ ਪਿੰਡ ਦੀਆਂ ਤੀਵੀਆਂ ਸਤਿ ਸ੍ਰੀ ਅਕਾਲ ਬੁਲਾਉਂਦੀਆਂ ਨੇ। ਸਤਿ ਸ੍ਰੀ ਅਕਾਲ ਬੁਲਾਉਂਦੀਆਂ ਨੇ ਤੈਨੂੰ? ਹਾਂ, ਮੈਨੂੰ ਪਤਾ ਉਹ ਕਿਵੇਂ ਬੁਲਾਉਂਦੀਆਂ ਨੇ। ਉਹ ਪਤਾ ਹੈ, ਨਾਲੇ ਹੋਰ ਦਿਨੇ ਨਿਕਲਿਆ ਰੂਆ, ਰਾਤ ਨੂੰ ਨਿਕਲ ਜੂਆ। ਉਹ ਬਸ ਮੈਂ ਘੰਟੇ 'ਚ ਮੜਿਆ ਆ, ਉਹੀ ਕਰੀ ਜਾਂਦੀ ਆ ਤੂੰ। ਪਾਇਆ ਕਰਾ ਬਿਸਤਰੇ ਬੁਸਤਰੇ ਵਸਾਲੀ ਕਰਾਉਣਾ ਮੈਂ। ਚੌਰਿਆ ਤੂੰ ਵੀ ਚੰਦ ਨਾ ਚੜਾ ਦੀ ਕੋਈ? ਓਏ ਮੈਂ ਕਿੱਥੇ ਚੰਦ ਚੜਾਉਣਾ ਭੈਣ ਕੜਾਵੇ ਦੀ, ਮੈਂ ਤਾਂ ਇਕੱਲੇ ਤਾਰੇ ਹੀ ਚੜਾਏ ਨੇ। ਆਉਣਾ ਮੈਂ, ਦੁੱਧ ਪੀ ਲਈ ਮੈਂ, ਆ ਕੀ ਪੀਣਾ, ਮੈਂ ਘੰਟੇ 'ਚ ਆ ਗਿਆ। ਐਵੇਂ ਸ਼ੱਕ ਕਰੀ ਜਾਂਦੀ ਰਹਿਣੀ ਹੈ। ਛੱਪੜ ਜੋ, ਛੱਪੜ ਜੋੜੀ, ਛੱਪੜ ਜੋ, ਛੱਪੜ ਜੋ, ਕਬੂਤਰ ਬਣ, ਕਬੂਤਰ ਯਾਰ, ਮੁਰਵਾਂ ਗੇ ਮੈਂ ਤਾਂ ਜਾਣਾ ਯਾਰ। ਮੈਂ ਬਦਲ ਲੈ ਜੀ, ਚੁੱਪ ਕਰ ਜਾ, ਨਾਲੇ ਰੌਲਾ ਨਾ ਪਾਓ। ਬਰਲਾ ਪਾਸੇ ਪੱਟਾਂਗੇ, ਇਧਰਲਾ 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 ਪੱਟਾਂਗੇ, ਕੁੰਡੇ ਵਾਲਾ ਮਹਿੰਗਾ ਵਿਕੂਗਾ। ਗੱਲ ਸਹੀ ਹੈ, ਪੱਕੀ ਗੱਲ ਹੈ। ਜੇ ਕੋਈ ਆ ਗਿਆ ਕੰਜਰ ਦਾ, ਭੱਜ ਤਾ ਲਓ ਇਧਰ ਆ ਗਏ ਆ ਗਏ, ਸਾਰੀ ਜ਼ਿੰਮੇਵਾਰੀ ਮੇਰੇ ਤੇ ਛੱਡੋ। ਮੈਂ ਠੀਕ ਹੈ, ਇਹ ਜ਼ਿੰਮੇਵਾਰੀ ਕਿੱਥੇ ਲੈ ਰਹੀ ਹੈ? ਲੈ ਬੈਠਾ ਜਿਆਦੇ ਬੋਲੋ ਨਾ, ਚੱਪਦੇ ਕਹਿਣਗੇ ਤੁਹਾਡੇ ਦੋਸਤਾਂ ਗੱਲ ਬੋਲ ਕੇ ਦੇਣੇ ਕੰਮ ਬਣਿਆ ਨੀ, ਇੱਧਰ ਦੇਖਦਾ ਘੱਟ ਮੰਨ ਨੀ ਗਿਆ ਬਈ ਭੈਣੇ ਕਿਹੜਾ ਦੇਖੀ।
ਕੀ ਆ ਬੇ ਚੋਰਾ ਨਾ ਤੂੰ ਆਪ ਸੌਵੇਂ ਨਾ ਮੈਨੂੰ ਸੌਣ ਦੇ ਮੈਂ ਕਿੱਧਰੋਂ ਐ ਨਿਕਲ ਕੇ ਮੈਂ ਤਾਂ ਹੁਣੀ ਆਇਆ ਸੀਗਾ ਹੁਣੀ ਐ ਦੋ ਚਾਰ ਜੇ ਫਿਰਦੇ ਨੇ ਪਿੰਡ ਚ ਮੈਂ ਗੀੜਾ ਮਾਰ ਕੇ ਆਇਆ ਸੀ ਨਾਲੇ ਤਾਂ ਤੂੰ ਆਪਦੀ ਨੀਂਦ ਖਰਾਬ ਕਰਦਾ ਲੈ ਜਾਣਿਆ ਨਾਲੇ ਮੇਰੀ ਕਰਦਾਗਾ ਓਏ ਮੈਂ ਤਾਂ ਤੈਨੂੰ ਬੜਾ ਪਿਆਰ ਕਰਦਾ ਪਰਾਂ ਮਾਰਾ ਆ ਭੈਣ ਕਿਹੜਾ ਵੇਦੀ ਏ ਜਦੋਂ ਥਾਈਲੈਂਡ ਤੋਂ ਆਏ ਸੀ ਤਾਂ ਜੱਫੀਆਂ ਪਾਉਂਦੀ ਸੀ ਉਹ ਤਾਂ ਇੱਕ ਦਿਨ ਨਹੀਂ ਸੀ ਤੇਰੇ ਕੋਲ ਮੌਕਾ ਮੌਕਾ ਸੀ ਹੁਣ ਦੇ ਦੇ ਮੌਕਾ ਤੂੰ ਚੁੱਪ ਕਰਕੇ ਪੈ ਜਾ ਨੂੰ ਬਾਥਰੂਮ ਕਰਨ ਆਉਂਦੀ ਆ ਬਾਹਰ ਬਾਥਰੂਮ ਨੂੰ ਬੜਾ ਪਤਾ ਲੱਗਾ ਇੱਧਰ ਵਾਗ ਚੱਲਦਾ ਟਰੈਕਟਰ ਜੇ ਉਹਲੇ ਚੋਰਿਆ ਚੋਰਿਆ ਤੇਰੀ ਸ਼ਰਮ ਲੈ ਰਹੀ ਹੈ ਤੇਰੀ ਸ਼ਰਮ ਇੰਨਾ ਦੂਰ ਰੱਖੀ ਮੇਰੇ ਨਾਲ ਮਜਾ ਰੱਬਾ ਕਹੇ ਜੀ ਬੈਤਲ ਤੀਆਂ ਜਰ ਲੱਗੀ ਪਈ ਹੂ ਜਰ ਮੈਂ ਤਾਂ ਮੈਂ ਇਸ ਵਰਗੀ ਹਾਂ ਮੈਂ ਇਸ ਵਰਗੀ ਕਿੱਥੇ ਹਾਂ ਉਦੋਂ ਤਾਂ ਕਹਿੰਦਾ ਸੀ ਮੈਂ ਇਸ ਵਰਗੀ ਹਾਂ ਤੂੰ ਤਾਂ ਉਹ ਲੱਗਦੀ ਹੈ ਜਮੀ ਸ਼ਿਲਪਾ ਸੈਂਟੀ ਲੱਗਦੀ ਹੈ ਸ਼ਿਲਪਾ ਸੈਂਟੀ ਆ ਜਾ ਮਾਰਾ ਤੂੰ ਮੈਂ ਖੁੰਡਾ ਚੱਕ ਲੂੰ ਖੁੰਡਾ ਚੱਕਾ ਚਾ ਲਾਥ ਭੈਣ ਚੋ ਦੀ ਕੁੱਤੀ ਤੀਵੀਂ ਅੜ ਕੇ ਪੰਚਾਇਤ ਬੁਲਾਊ ਮੈਂ ਵੀ ਅੱਧੀ ਰਾਤ ਨੂੰ ਸੌ ਜਾਣ ਦੇ ਜਵਾਕ ਠਾਏਗਾ ਦੇ ਜਣਿਆ ਮੰਨ ਲਿਆ ਕਰ ਨਾ ਤੜਕੇ ਨਾ ਅੱਥਣੇ ਰਾਤ ਨੂੰ ਨਾ ਸੌਵੇਂ ਰੱਬਾ ਵੇ ਕਹੀ ਗੱਦੀ ਜਨਾਨੀ ਆ ਉਹ ਰੱਬਾ ਵੇ ਭੈਣ ਚੋਦਾ ਮੈਂ ਛੜਾ ਹੀ ਮਰੂੰਗਾ ਲੱਗਦਾ ਛੜਾ ਕਿਉਂ ਮਰੇਗਾ ਮੇਰੇ ਨਾਲ ਬਹਿ ਨੀ ਤੂੰ ਉਹ ਵਿਆਹ ਵਾਲਾ ਕੋਈ ਕੰਮ ਤਾਂ ਹੈ ਨੀ ਭੈਣ ਚੋ ਮੰਜੇ ਦਾ ਉਹ ਕਚਕਰ ਥਾਈਲੈਂਡ ਘੁੰਮ ਲਾ ਹੋਰਾ ਥਾਈਲੈਂਡ ਘੁੰਮ ਲੈ ਉੱਥੇ ਤਾਂ ਬੰਦੇ ਹੀ ਸੀ ਇਕੱਲੇ ਹਾਏ ਵੇ ਰੱਬਾ ਵੇ ਕਰੇਵਾ ਕਰੂਵਾ ਪ੍ਰਾਹੁਣਾ ਮੂੰਹ ਕਿਸੇ ਨਾਲ ਕੀ ਭੌਂਕੀ ਜਾਂਦਾ ਪਿਆ ਤੂੰ ਹਾਂ ਕੁਛ ਨੀ ਮਹਾਂ ਗਰਮੀ ਬਾਹਲੀ ਲੱਗੀ ਜਾਂਦੀ ਆ ਰੰਗ ਲਾਤੇ ਰੰਗ ਭਾਗ ਲਾਤੇ ਜਦੋਂ ਵੀ ਰੱਬ ਦਿੰਦਾ ਨਾ ਛੱਪੜ ਪਾੜ ਕੀ ਦਿੰਦਾ ਮੈਂ ਤਾਂ ਡੱਬਾ ਲਿਆਉਂਗਾ ਦਾਰੂਗਾ ਸਾਰਾ ਕੁਛ ਲਿਆਵਾਂਗੇ ਜਾਗਰ ਤੂੰ ਅਡੋਣ ਵਾਲੀਆਂ ਗੱਲਾਂ ਕਰਦਾ ਇਹਦਾ ਬਿਜੂ ਹੀ ਬੜਾ ਮਹਿੰਗਾ ਨਾ ਬਾਈ ਨਜ਼ਾਰੇ ਲਵਾਂਗੇ ਭੈਣ ਦੇ ਖਸਮ ਦਾ ਉਰੇ ਆ ਕੇ ਜੀ ਨਹੀਂ ਕਰਦਾ ਹੈਗਾ ਰੌਣਕ ਹੀ ਨਹੀਂ ਰਹੀ ਹੈਗੀ ਜਿਵੇਂ ਵੀ ਉਹ ਬੈਠੇ ਨੇ ਮੇਰੇ ਸਾਲੇ ਇਹਨਾਂ ਦਾ ਆਹੀ ਟਿਕਾਣਾ ਬਸ ਸੇਵਾ ਲਵੇ ਊਂ ਬਹਿੰਦੇ ਨੇ ਜਿਹੜੇ ਹਿਸਾਬ ਦੇ ਇਹਨਾਂ ਦੇ ਹਾਲਾਤ ਲੱਛਣ ਨੇ ਸੇਵਾ ਜਾਣ ਨੂੰ ਹੋਰ ਨੇ ਲਾਵਾਂ ਖਬਰ ਸਾਰ ਇਹਨਾਂ ਦੀ ਕਹਿਣਗੇ ਪਤਾ ਹੀ ਨਹੀਂ ਕਰਿਆ ਓ ਪੁੱਪਿਆ ਕਿਵੇਂ ਚਾ ਓ ਠੀਕ ਹੈ ਠੀਕ ਹੈ ਓ ਹੀਰੇ ਚਾਚਾ ਆ ਗਿਆ ਓਏ ਓ ਰਿੱਠਿਆ ਓ ਟਵੇ ਚਾਚਾ ਆ ਗਿਆ ਖੜਾ ਹੋ ਮੇਰਾ ਸਾਲਾ ਕਿਵੇਂ ਲੰਮੀਆਂ ਤਾਣੀ ਪਿਆ ਸਤਿਸ਼੍ਰੀਕਾਲ ਚਾਚਾ ਓਏ ਸਤਿਸ਼੍ਰੀਕਾਲ ਭਾਈ ਸਤਿਸ਼੍ਰੀਕਾਲ ਠੀਕ ਹੋ ਤੁਸੀਂ ਓਏ ਅਸੀਂ ਤਾਂ ਠੀਕ ਆ ਚਾ ਤੂੰ ਕਦੋਂ ਆਇਆ ਬਾਜੂ ਤਾਂ ਦੇਖ ਲਿਆ ਉਹਦੀ ਆ ਗਿਆ ਭਾਈ ਮੈਂ ਤਾਂ ਓਏ ਕੰਮ ਧੰਦਾ ਕਰ ਲੈ ਉਸ ਨੂੰ 50 ਵਰ ਕੇ ਵੀ ਆ ਨਸ਼ਾ ਪੱਤਾ ਨਾ ਕਰਿਆ ਕਰੋ ਨਾ ਕਰਿਆ ਕਰੋ ਇਹਦੇ ਬਿਨਾ ਤਾਂ ਸਰੀਰ ਨਹੀਂ ਬਣਦਾ ਉਰੇ ਕਾਹ ਤੋਂ ਬੈਠੇ ਤੁਸੀਂ ਓਏ ਅਸੀਂ ਤਾਂ ਜੰਗਲ ਪਾਣੀ ਜਾ ਕੇ ਆਏ ਸੀਗੇ ਅਲੇ ਸਰੀਰ ਜਾਣ ਜਿਵੇਂ ਇੱਤੀ ਬਹਿ ਗਏ ਅਸੀਂ ਉਹ ਭਾਈ ਅੱਖ ਲੱਗੀ ਇੱਥੇ ਅੱਖ ਲੱਗੀ ਤੂੰ ਮਾੜੀ ਮੋਟੀ ਸੰਗ ਸਰਮ ਕਰ ਜਵਾਖਾਂ ਚੱਲੇ ਆ ਹੁਣ ਉਹ ਮੈਨੂੰ ਲੰਬੇ ਜਾਂਦੇ ਕੁੜੀ ਉਹ ਜਵਾਕ ਚਾਚਾ ਅਜੇ ਹੋਇਆ ਤਾਂ ਨਹੀਂ ਹੋਇਆ ਤਾਂ ਨਹੀਂ ਭੈਣ ਦਾ ਮੈਂ ਘਟਦਾ ਨੂਣ ਮਿਰਚ ਨਹੀਂ ਹੈਗਾ ਕੁੜੀ ਚੋਂ ਤਾਂ ਫੁਰਦਾ ਸੁੱਟੇ ਲਾਉਂਦਾ ਉਰੇ ਉਹ ਚਾਚਾ ਸਾਰਾ ਕੁਛ ਹੈਗਾ ਉਹ ਤਾਂ ਉਹੀ ਭੁੱਕੀ ਜਾਂਦੀ ਰਹਿੰਦੀ ਆ ਭੁੱਕੀ ਜਾਂਦਾ ਦੰਦਾਂ ਦੇ ਕੇ ਮੈਂ ਚੱਲਦਾ ਫਸ ਹਾਂ ਉੱਥੇ ਗਿਆ ਤੀ ਤੂੰ ਬਾਹਰਲੇ ਮੁਲਕ ਹਾਂ ਹਾਂ ਕਿਵੇਂ ਆ ਮਾਹੌਲ ਉਹ ਭਾਈ ਉਰੇ ਆਖਦਾ ਜੀ ਲੱਗਦਾ ਸੌਂ ਲੱਗੇ ਉਹ ਤਾਂ ਬਾਹਰ ਹੀ ਨਹੀਂ ਗਈ ਰੌਣਕ ਹੀ ਨਹੀਂ ਗਈ ਯਾਰ ਕੀ ਕਰਾਂਗੇ ਕੁਛ ਨਹੀਂ ਦਿੰਦਾ ਹੈਗਾ ਉਹ ਤਾਂ ਕੁੱਤੇ ਬਲੇ ਚਮਕਦੇ ਨੇ ਭੈਣ ਚੋਦ ਦੇ ਗੱਲ ਹੋਰ
दो चादर च बढ़ लिया करे अंग्रेज भरते फ्रिज में कथे गए होगी बाली रामदारी नहीं नहीं मैं थोन ए लगता मेरा कमाल करी चलो जे थोन पता है फिर दस की लड़ है दस मैं दस दे फिर युद्ध किन्ने बारी कर चंगा यह गलत पूछा कर दे कंजर दे बवले तुम कम धंधा कर लो कोई बीड़ी मिलती है बीड़ी बीड़िया कुछ भाई बड़िया जो सिगटा मिलती ने सारा कुछ सहन सारा कुछ फुलो फुल कम चलता कोई वादू है भाई आ थोड़ा सुखा जो पीने चलोसते हो आम चलता उ खुली छुट्टी है कोई रोकता दारू महा कानू छिड़े छिड़ दें सस्ती है 100 रुपए की बोतल है पेटी लाने प्रहुने बने ने पेटी लाने अपने 250 की बोतल है माल्टा की जरूरी पीनी है कंजर दे कुड़ी कम धंधा कर लिया करो चंगा मैं थोड़ा हाल चाल पुछने फिर कहते चाचे ने हाल चाल नहीं पूछे है गलत बातें तुम सुनाती है की है फिर मिलेगा तुम तड़के फिर सुना हाँ कहते उधर गोरिया कपड़े लीड़े ही नहीं पाया वो भाई उन्होंने देशों तो भाई सरकार वालों छूट मिली हुई है उन्होंने कोई चक्कर ही नहीं है भाई जे मर्जी आए बाहा पा के कोई इधर लिया कोई इधर लिया गया सड़ा दिक्कत ही नहीं कोई जमी खुला है भाई जमी खुला है चंगा तू भाई कम धंधे पा के जाकर अपना बूटा कोई ना कोई ना चाचा कम भी लगते फिरते हैं चंगा 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 दे साले बेले चंगा चंगा आयो रीटा अपनी सरकार भी करनी पू गल किन्ने कुत्ते भी नहीं लवे लगते हूं